ਦੀ ਸਰਕਾਰ ਵੱਲੋਂ ਜਿਹੜੇ ਤਿੰਨ ਕਾਨੂੰਨ ਪਾਸ ਕੀਤੇ ਗਏ ਹਨ ਦੇਸ਼ ਭਰ ਦੇ ਕਿਸਾਨਾਂ ਵੱਲੋਂ ਇਹਨਾਂ ਕਾਨੂੰਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਸੋ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਵੱਡੀ ਤਦਾਦ ਵਿੱਚ ਕਿਸਾਨ ਦਿੱਲੀ ਵਿਖੇ ਪਹੁੰਚ ਕੇ ਸ਼ਰਸ਼ ਕਰ ਰਹੇ ਹਨ ਬੀਤੇ ਕਈ ਦਿਨਾਂ ਤੋਂ ਸ਼ਰਸ਼ ਕਰ ਰਹੇ ਹਨ ਕੇਂਦਰ ਸਰਕਾਰ ਦੀਆਂ ਕਿਸਾਨਾਂ ਨਾਲ ਕਈ ਮੀਟਿੰਗਾਂ ਵੀ ਹੋ ਚੁੱਕੀਆਂ ਹਨ ਜਿੰਨਾਂ ਮੀਟਿੰਗਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ ਕੋਈ ਸਾਰਸਕ ਨਤੀਜਾ ਨਹੀਂ ਨਿਕਲਿਆ ਕਿਸਾਨ ਆਪਣੀ ਜੇਦ ਉੱਪਰ ਉੱਥੇ ਅੜੇ ਹੋਏ ਹਨ ਲਗਾਤਾਰ ਸਾਰੇ ਸੂਬਿਆਂ ਤੋਂ ਜਿਹੜੇ ਕਿਸਾਨ ਦਿੱਲੀ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਇਥੋਂ ਰਵਾਨਾ ਹੁੰਦੇ ਜਾ ਰਹੇ ਹਨ ਸੋ ਅੱਜ ਜ਼ਿਲ੍ਹਾ ਤਰਨਤਾਰਨ ਦਾ ਅਧੀਨ ਆਉਂਦੇ ਪਿੰਡ ਨਾਗੋਕੇ ਤੋਂ ਕਿਸਾਨਾਂ ਦਾ ਵਿਸ਼ਾਲ ਜਥਾ ਦਿੱਲੀ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਜਾ ਰਿਹਾ ਹੈ ਸੋ ਇਹਨਾਂ ਕਿਸਾਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਹਾਂਜੀ ਵੀਰ ਜੀ ਤੁਸੀਂ ਅੱਜ ਇੱਥੋਂ ਆਪਣੇ ਪਿੰਨ ਅਦਾਗੋਕੇ ਤੋਂ ਆਪਣਾ ਜਥਾ ਲੈ ਕੇ ਜਾ ਰਹੇ ਜੇ ਦਿੱਲੀ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਤੇ ਤੁਹਾਨੂੰ ਕੀ ਲੱਗਦਾ ਵਾ ਵੀ ਜਿਹੜੀ ਕੇਂਦਰ ਸਰਕਾਰ ਆ ਆਪਣਾ ਜਿਹੜਾ ਰੋਖਾ ਹੋਣਾਂ ਦੇ ਸਮੇਂ ਵਿੱਚ ਕੋਈ ਬਦਲਾ ਕਰੇਗੀ ਜਾਂ ਕਿਸਾਨਾਂ ਦੇ ਹੱਕ ਵਿੱਚ ਕੋਈ ਫੈਸਲਾ ਲਵੇਗੀ ਵੀ ਸਰਕਾਰ ਨੂੰ ਜ਼ਰੂਰ ਫੈਸਲਾ ਕਿਸਾਨਾਂ ਦੇ ਹੱਕ ਵਿੱਚ ਲੈਣ ਵਾਸਤੇ ਕਿਸਾਨ ਮਜਬੂਰ ਕਰ ਰਹੇ ਆ ਕਿਉਂਕਿ ਹੁਣ ਹਰ ਤਰ੍ਹਾਂ ਦੇ ਕਿਸੇ ਦਾ ਬੰਦਾ ਹਰ ਇਨਸਾਨ ਉਸੇ ਮੋਰਚੇ ਵਿੱਚ ਸ਼ਾਮਲ ਹੋਣ ਵਾਸਤੇ ਜਾਣ ਵਾਸਤੇ ਤਿਆਰ ਪਰ ਤਿਆਰ ਬੈਠੇ ਆ ਇਹ ਸਰਕਾਰ ਦੀ ਜਿਹੜੀ ਆ ਨਕਾਮੀ ਆ ਜਿਹੜੀ ਵੀ ਉਹ ਦਲੇ ਕਰੀ ਜਾਂਦੀ ਗਾਂ ਦੇ ਗਾਂ ਪਾਈ ਜਾਂਦੀ ਇਹ ਮੋਰਚੇ ਨੂੰ ਵੀ ਇਹ ਮੂਵਮੈਂਟ ਖਰਾਬ ਕਰਨ ਵਾਸਤੇ ਉਦਾਂ ਇਹ ਜਿੱਤਿਆ ਜਿੱਤਿਆ ਮੋਰਚਾ ਆ ਉਹ ਨਹੀਂ ਤਾਂ ਤਿਆਰੀ ਕਰਕੇ ਚੱਲੇ ਜੇ ਕਿੰਨੇ ਕ ਦਿਨਾਂ ਦੀ ਤੁਸੀਂ ਇਥੋਂ ਤਿਆਰੀ ਕਰਕੇ ਸੰਘਰਸ਼ ਵਿੱਚ ਸ਼ਾਮਲ ਹੋਣ ਦੀ ਚੱਲੇ ਜੇ ਵੇਖੋ ਸੰਘਰਸ਼ 6 ਮਹੀਨੇ ਵੀ ਚੱਲ ਸਕਦਾ ਸਾਲ ਵੀ ਚੱਲ ਸਕਦਾ ਹੈ ਕੇਂਦਰ ਸਰਕਾਰ ਦਾ ਅਜੇ ਤੱਕ ਕੋਈ ਵੀ ਕਿਸਾਨ ਦਾ ਪੱਕੀ ਵਤੀਰਾ ਨਹੀਂ ਵੇਖਣ ਨੂੰ ਮਿਲ ਰਿਹਾ ਸੰਘਰਸ਼ ਕਿਸਾਨ ਆਪਣੀ ਜਿੱਦ ਤੇ ਅੜੇ ਹੋਏ ਹਨ ਇਹ ਕਿੰਨਾ ਕ ਜਿਹੜਾ ਸਮਾਂ ਤੁਸੀਂ ਕਿੰਨਾ ਸਮਾਂ ਉੱਥੇ ਦਿੱਲੀ 'ਚ ਹੋਰ ਠਹਿਰ ਸਕਦੇ ਜੇ ਕੇਂਦਰ ਸਰਕਾਰ ਗਾੜੀ ਆਪਣਾ ਰੋਸ ਪ੍ਰਦਰਸ਼ਨ ਕਰੋਗੇ ਇਹ ਜਿਹੜੀ ਸਾਰਾ ਜਥਾ ਇਸੇ ਕਰਕੇ ਚੱਲਿਆ ਵੀ ਜਿੰਨਾ ਚਿਰ ਸਰਕਾਰ ਆਪਣੀਆਂ ਐਕਟ ਜਿਹੜੇ ਵਾਪਸ ਨਹੀਂ ਕਰਦੀ ਉਹਨਾਂ 'ਚ ਲੜਾਈ ਜਾਰੀ ਰਹੂਗੀ ਹਰ ਧਰਨੇ ਦੇ ਵਿੱਚ ਹਰ ਤਰ੍ਹਾਂ ਜਿੰਨਾ ਚਿਰ ਰੱਖਣਗੇ ਉਹ ਚ ਰੇ ਸਾਹਮਣੇ ਰਾਵਾਂਗੇ ਇਹ ਮੋਦੀ ਦੇ ਨਿਰਪਰ ਕਰਦਾ ਕਿੰਨਾ ਚਿਰ ਕਿਸਾਨਾਂ ਨੂੰ ਨਹੀਂ ਰੱਖਣਾ ਕੋਈ ਵੇਖੋ ਆਉਣ ਵਾਲੇ ਸਮੇਂ ਜੇ ਜਦੋਂ ਮੀਟਿੰਗਾਂ ਦਾ ਕੋਈ ਸਾਰਥਕ ਕੋਈ ਹੱਲ ਨਹੀਂ ਨਿਕਲਿਆ ਤੇ ਜਿਹੜੀ ਕੇਂਦਰ ਸਰਕਾਰ ਵੱਲੋਂ ਉਹ ਤੇ ਭਾਰੀ ਮਾਤਰਾ ਦੇ ਫੋਰਸ ਲਗਾ ਦੇ ਦੀ ਜੀ ਉਹਨਾਂ ਦੇ ਸਮੇਂ ਤੁਹਾਨੂੰ ਪਾਣੀ ਦੇ ਬਿਛਾੜਾਂ ਦਾ ਜਾਂ ਪੁਲਿਸ ਦੇ ਵੱਲੋਂ ਸਦਦ ਦਾ ਸਾਹਮਣਾ ਕਰਨਾ ਪੈ ਸਕਦਾ ਕੀ ਤੁਸੀਂ ਇਹ ਤਿਆਰੀ ਕਰਕੇ ਚੰਗੇ ਜੀ ਪੂਰੀ ਹਾਂਜੀ ਜੀ ਇਹ ਮੁਰਤੋ ਤੇ ਤਸੱਦਦ ਜਿਹੜੀ ਕਿਸਾਨੀ ਚੱਲਦੀ ਆਈ ਹੈ ਇਹ ਨਵੀਂ ਜਿਹੜੀ ਹੁਣ ਹੋ ਰਹੀ ਹੈ ਕੋਈ ਨਵੀਂ ਚੀਜ਼ ਨਹੀਂ ਗਈ ਇਹ ਤੇ ਨਾ ਹਰ ਤਰ੍ਹਾਂ ਹਡਾਇਆ ਗਿਆ ਕਿਸਾਨੀ ਦੇ ਉੱਤੇ ਇਹ ਤਸੱਦਦ ਡਰੋਨ ਪਾਉਣ ਵਾਸਤੇ ਹੁੰਦੇ ਆ ਪਰ ਇਹ ਸਾਰੇ ਝੱਲੇ ਆ ਇਹ ਚੱਲਦੇ ਰਵਾਂਗੇ ਕੋਈ ਡਰਨ ਦੀ ਲੋੜ ਨਹੀਂ ਸਾਰਾ ਜਿਹੜਾ ਹਰ ਇੱਕ ਦਾ ਮਨੋਬਲ ਤਾਂ ਵਾਠਾ ਕਿਸੇ ਕਿਸਾਨ ਦਾ ਨਹੀਂ ਹੈ ਦਿੱਲੀ ਸ਼ਗਰਸ਼ ਵਿੱਚ ਸਾਹਮਣੋਂ ਵਾਲੇ ਕਿਸਾਨਾਂ ਨਾਲ ਆਪਾਂ ਗੱਲਬਾਤ ਕੀਤੀ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਇੱਥੋਂ ਪੂਰੀ ਤਿਆਰੀ ਕਰਕੇ ਚੱਲੇ ਆਂ ਚਾਹੇ ਸ਼ਗਰਸ਼ ਵਾਸਤੇ ਸਾਨੂੰ ਉਥੇ 6 ਮਹੀਨੇ ਜਾਂ ਸਾਲ ਠਹਿਰਨਾ ਪਵੇ ਅਸੀਂ ਲਗਾਤਾਰ ਆਪਣਾ ਸ਼ਗਰਸ਼ ਨੂੰ ਉੱਥੇ ਜਾਰੀ ਰੱਖਾਂਗੇ ਅਵੇ ਓਨੀ ਦੇਰ ਤੱਕ ਸਾਡਾ ਸ਼ਗਰਸ਼ ਚੱਲਦਾ ਰਹੂਗਾ ਜਿੰਨੀ ਦੇਰ ਤੱਕ ਕੇਂਦਰ ਸਰਕਾਰ ਕੇਂਦਰ ਸਰਕਾਰ ਜਿਹੜੇ ਆਪਣੇ ਆ ਬਣਾਏ ਕਾਨੂੰਨਾਂ ਨੂੰ ਵਾਪਸ ਨਹੀਂ ਲੈ ਲੈਂਦੀ ਕੈਮਰਾਮੈਨ ਜੀ ਖਾਸਲਨਾ ਮਾਨ ਸਿੰਘ